ਹਰਿਆਣਾ 'ਚ ਹਿਸਾਰ ਦੇ ਕੌਮੀ ਮਾਰਗ ਉੱਤੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋਣ ਦੀ ਖਬਰ ਹੈ। ਇਹ ਹਾਦਸਾ ਹਿਸਾਰ ਵਿੱਚ ਦਿੱਲੀ ਫਾਜ਼ਿਲਕਾ ਕੌਮੀ ਮਾਰਗ ਉੱਤੇ ਪਿੰਡ ਚਿੱਕਨ ਵਾਸਤੇ ਕੋਲ ਵਾਪਰਿਆ। ਦੁਰਘਟਨਾ ਦੇ ਵਿੱਚ ਇੰਡੀਗੋ ਕਾਰ ਅਤੇ ਕੈਂਟਰ ਦੀ ਪੂਰੀ ਤਰ੍ਹਾਂ ਦੇ ਨਾਲ ਨਸ਼ਟ ਹੋ ਗਏ ਨੇ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 45 ਸਾਲਾਂ ਔਰਤ ਰਾਜਰਾਣੀ, 17 ਸਾਲਾਂ ਦੀ ਲੜਕੀ ਦੀਪਿਕਾ, 56 ਸਾਲਾਂ ਹਰਬੰਸ ਅਤੇ 20 ਸਾਲਾਂ ਲੜਕਾ ਹਿਮਾਂਸ਼ੂ ਅਤੇ 22 ਸਾਲ ਦਾ ਮੋਹਿਤ ਸ਼ਾਮਲ ਨੇ। ਮ੍ਰਿਤਕ ਹਿਸਾਰ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾਗਰਣ ਤੋਂ ਵਾਪਸ ਆ ਰਹੇ ਸਨ। ਇਸੇ ਦੌਰਾਨ ਉਹਨਾਂ ਦੀ ਇੰਡੀਗੋ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੇ ਕੈਂਟਰ ਨਾਲ ਹੋ ਗਈ। ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਕੇ ਉੱਤੇ ਮੌਤ ਹੋ ਗਈ, ਜਦਕਿ 3 ਜਣਿਆਂ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਜੀ ਬੜੀ ਤੇਜ਼ ਗਤੀ ਸੇ ਆ ਰਿਹਾ ਥਾ ਕੈਂਟਰ, ਜੋ ਕਿ ਹਿਸਾਰ ਕੀ ਤਰਫ ਸੇ ਜਾ ਰਿਹਾ ਥਾ, ਔਰ ਜੋ ਯੇ ਇੰਡੀਕਾ ਗਾਡੀ ਹੈ ਯੇ ਆਪਣੇ ਹਿਸਾਰ ਸੇ ਆ ਰਹੀ ਥੀ, ਤੋ ਬੀਚ ਕੇ ਅੰਦਰ ਜੋ ਸੇ ਸਾਂਡ ਆਵਾਰਾ ਪਸ਼ੂ ਹੈ ਉਸਕੇ ਆਨੇ ਸੇ ਇਸਕਾ ਬੈਲੈਂਸ ਸੰਤੁਲਨ ਬਿਗੜ ਗਿਆ, ਔਰ ਸੰਤੁਲਨ ਬਿਗੜਨੇ ਸੇ ਇਹ ਐਕਸੀਡੈਂਟ ਹੋਇਆ ਹੈ, ਜਿਸ ਵੇ ਅੰਦਰ 5 ਜੋ ਹੈ ਨਾ ਐਕਸਪਾਇਰ ਹੋ ਚੁੱਕੇ ਹੈ, ਔਰ ਕੁਛ ਜ਼ਖਮੀ ਹੈ ਜੋ ਹੋਸਪਿਟਲੋਂ ਕੇ ਔਰ ਉਨਕੀ ਸਹਾਇਤਾ ਕੇ ਲੀਏ ਗਈ ਹੈ ਹਮਾਰੀ ਪੁਲਿਸ, ਔਰ ਤਫਤੀਸ਼ ਜਾਰੀ ਹੈ ਜੈਸੇ ਵੀ ਹੋ। ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ, ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।